अस्सलाम वालेकुम। वालेकुम अस्सलाम। मैं देखो मैं उधर पानी लेने वास्ते गई सी ते मैं देखो की कुछ लेके आ गई। अंडे भी ले आंदे ने ते ए देखो कवार गंदल दा पौधा है, एलोवेरा दा पौधा है। तो उठे सी वो गमला लगा हुआ ते मैं गमला चुके लेना सी। मैं क्या कि वो जरा वजनी रेड़ी नहीं लेके गए सी ते इस वास्ते मैं आंदे आंदे ओदे विचों कढ़ के ले आई हां कि इहनू इत्थे लगावांगी ते बाकी दा गमला भी ले आवांगे। ते इहनू देखो इह कवार गंदल नू जिहड़ा फुल भी लगे हुए ने। हां जी यार देखो फूल देखो ए दे। हां जी मैं देखना आपने ਤੁਸੀਂ ਜਿਹੜਾ ਨਾ ਇਹ ਤਾਂ ਕੰਡੇ ਵੀ ਚੁੱਪਦੇ ਨੇ। ਓ ਇਧਰ ਆਓ ਨਾ ਮੇਰੀ ਕੀ ਆਲੂ ਵੇਲਾ। ਅੱਛਾ ਐਲੋ ਵੇਰਾ ਇਹਨੂੰ ਤੁਸੀਂ ਬੇਵਕੂਫ ਨਾ ਸਮਝਿਆ ਕਰੋ ਆਪਣੇ। ਮੈਂ ਤੁਹਾਨੂੰ ਅੱਗੇ ਵੀ ਆਖਿਆ ਮੈਂ ਬੇਵਕੂਫ ਨਹੀਂ ਹੈਗਾ। ਅੱਛਾ ਹਾਂ ਨਹੀਂ ਮੈਨੂੰ ਪਤਾ ਹੈ ਤੁਸੀਂ ਬੇਵਕੂਫ ਨਹੀਂ। ਮੈਂ ਸ਼ੋਕਰੇ ਨਾਮ ਦਾ ਆਦਾ ਹਾਂ ਕਿਉਂਕਿ ਮਜ਼ਾਕ ਨਹੀਂ ਹੈ। ਤਾਂ ਫਿਰ ਮੈਂ ਐਸੇ ਖੁਸ਼ੀ ਚ ਬੂੜੇ ਤੇ ਮੈਂ ਬੈਠਾ ਨਹੀਂ ਤੇ ਥੱਲੇ ਤੁਸੀਂ ਬੈਠੋ। ਮੈਂ ਐ ਐਗ ਰੱਖ ਦਿੱਤੇ ਨੇ ਜਨਾਬ। ਠੀਕ ਹੋ ਗਿਆ ਜੀ ਤੇ ਬਿਸਮਿਲਲਾ। ਵੇਖੋ ਜੀ ਅਸੀਂ ਨਹੀਂ ਨਹੀਂ ਮੈਂ ਤੇ ਵੈਸੇ ਆ ਦੇਖੋ ਜਨਾਬ ਇਹ ਬੇਗਮ ਸਾਹਿਬਾ ਨੇ ਜਿਹੜੇ ਨੇ ਨਾ ਮੈਂ ਤੁਹਾਨੂੰ ਆਖਿਆ ਸੀ ਕਿ ਆਲੂ ਵੇਲਾ। ਆਹੋ ਆਲੂ ਵੀ ਲੈ ਕੇ ਆਈ ਹੈ। ਇਹ ਆਲੂ ਵੇਲਾ ਠੀਕ ਹੈ ਨਾ। ਇਹ ਕਹਿੰਦੇ ਨੇ ਐਲੋ ਵੇਲਾ। ਇਹ ਨਹੀਂ ਪਤਾ ਕਿ ਨਾਲ ਇਹ ਆਲੂ ਵੇਲਾ ਵੀ ਹੈ ਨਾਲ ਆਲੂ ਨੇ ਹੈਗੇ ਤੇ ਇਹ ਪਾਣੀ ਦੀਆਂ ਬੋਤਲਾਂ ਦੇ ਆ। ਇਹ ਪਾਣੀ ਹੈਗਾ ਜਨਾਬ ਇਹਨੂੰ ਕਹਿੰਦੇ ਨੇ ਇਹ ਪਾਣੀ ਜਿਹੜਾ ਹੈ ਨਾ ਖਾਸ ਪਾਣੀ ਹੈਗਾ ਇਹਨੂੰ ਕਹਿੰਦੇ ਨੇ ਆਵੇ ਹਯਾਤ ਦਾ ਪਾਣੀ। ਸਮਝ ਆਈ। ਇਹ ਪਾਣੀ ਜਿਹੜਾ ਨਾ ਬਹੁਤ ਮਿਹਨਤ ਕਰਕੇ ਜਿਹੜਾ ਨਾ ਮੈਨੂੰ ਆਪਣੇ ਤਿਆਰ ਕਰਨਾ ਪੈਂਦਾ ਹੈ ਤੇ ਇਹ ਜਿਹੜਾ ਥੈਲੇ ਦੇ ਵਿੱਚ ਲਗਾ ਕੇ ਲੈ ਕੇ ਆਏ ਆ ਤੇ ਇਹ ਜਿਹੜਾ ਨਾ ਪਾਣੀ ਖਾਸ ਆਪਣੇ ਜਿਹੜਾ ਇਹ ਕਾਫੀ ਜਿਹੜੀਆਂ ਮੇਰੀਆਂ ਦੇਸੀ ਅਦਵੀਆਤ ਨੇ ਹੈਗੀਆਂ ਉਹਨਾਂ ਦੇ ਵਿੱਚ ਇਸਤੇਮਾਲ ਹੁੰਦਾ ਹੈ ਤੇ ਆਪੇ ਹਯਾਤ ਦੇ ਨਾਲ ਜ਼ਿੰਦਗੀ ਹੁੰਦੀ ਹੈ। ਹਵਾ ਖੁਰਾਕ ਤੇ ਪਾਣੀ ਹੈ ਜਿਹੜਾ ਹੈ ਨਾ ਇਹਦੇ ਬਗੈਰ ਇਨਸਾਨ ਨਹੀਂ ਜੀ ਸਕਦਾ ਤੇ ਆਪੇ ਹਯਾਤ ਤੇ ਬਹੁਤ ਜ਼ਰੂਰੀ ਹੈਗਾ ਵੇ। ਤੇ ਆਲੂ ਆਲੂ ਜਿਹੜਾ ਹੈ ਆ ਦੇਖੋ ਇਹ ਆਲੂ ਜਿਹੜਾ ਹੈ ਆਲੂ ਵਿੱਚ ਫਲਾਦ ਹੁੰਦੀ ਹੈ ਇਹ ਵੀ ਬਹੁਤ ਜ਼ਰੂਰੀ ਹੈਗਾ ਵੇ ਕਿਉਂਕਿ ਤਾਕਤ ਹੋਏਗੀ ਤੇ ਫੇਰ ਹੀ ਅਸੀਂ ਬੇਗਮ ਸਾਹਿਬਾ ਦੇ ਨਾਲ ਆਪਣੇ ਜਿਹੜਾ ਦੋ ਚਾਰ ਗੱਲਾਂ ਕਰ ਸਕਦੇ ਆ ਉਹ ਤਾਂ ਕਰ ਹੀ ਨਹੀਂ ਸਕਦੇ ਹੈਗੇ। ਠੀਕ ਹੈ ਨਾ। ਤੇ ਬੇਗਮ ਸਾਹਿਬਾ ਜਿਹੜੇ ਨੇ ਨਾ ਇਹ ਦਾ ਮਾਰ ਕੇ ਨਾ ਬਾਹਰ ਆਪਣੇ ਨਿਕਲ ਜਾਂਦੇ ਨੇ ਹੈਗੇ ਤੇ ਦੂਸਰੇ ਘਰ ਗਏ ਸੀ ਆਪਣੇ ਭਰਾਵਾਂ ਦੇ ਕੋਲ ਉਧਰ ਆਪਣੇ ਜਿਹੜਾ ਨਾ ਤੇ ਉੱਥੋਂ ਜਾ ਕੇ ਐਲੋ ਵੇਲਾ ਦਾ ਪੌਦਾ ਵੀ ਆਪਣੇ ਲੈ ਆਏ ਨੇ ਉੱਥੋਂ। ਇੱਥੇ ਆਪਣੇ ਪੌਦੇ ਇੱਥੇ ਪੂਰੇ ਕਰਨੇ ਨੇ ਨਾ ਤੁਸੀਂ ਦੇਖਣਾ ਕਿ ਸਹੀ ਇੱਥੇ ਕਿੰਨੇ ਦੁਬਾਰਾ ਮੈਂ ਕਿੰਜ ਤਰੀਆਈ ਕਰਨੀ ਆ। ਆਪਣੀ ਕਿਆਰੀ ਬਣਾਵਾਂਗੀ ਆਪਣੇ ਪੌਦੇ ਲਗਾਵਾਂਗੀ ਉਧਰ ਸਾਰੇ ਚੁੱਕ ਕੇ ਲਿਆਵਾਂਗੀ। ਕਿਆ ਸਮਝੇ ਸੋਹਣਿਓ ਓਏ ਸੋਹਣੇ ਐਦਾਂ ਦੇ ਵੀ ਹੁੰਦੇ ਹੈਗੇ ਉਜੜਾ ਬਾਗ ਸ਼ਹਿਰ ਲਾਹੌਰ ਦਾ ਆਪਣੇ ਸਮਝੇ ਸੋਹਣੇ ਐਦਾਂ ਦੇ ਹੀ ਹੁੰਦੇ ਆ। ਉਹ ਨਹੀਂ ਮੈਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੂੰ ਜ਼ਿਆਦਾ ਹੀ ਪਸੰਦ ਆਏ ਹੋ। ਇੱਕ ਖਾਸ ਕਰ ਇੱਥੇ ਬੀਬੀ ਇੱਕ ਉੱਡਦੀ ਪਈ ਸੀ ਜਿਹੜੀ ਘੜੀ ਘੜੀ ਤੁਹਾਡੇ ਮੂੰਹ ਤੇ ਆ ਕੇ ਮੈਨੂੰ ਲੱਗਦਾ ਚੁੰਮੀਆਂ ਲਈ ਜਾ ਰਹੀ ਹੈ। ਹਾਂਜੀ ਉਹ ਤੁਸੀਂ ਇੱਕ ਬਟਰਫਲਾਈ ਹੈਗੀ ਸੀ ਨਾ ਉਹ ਯਾਨੀ ਕਿ ਇੱਕ ਮੱਖੀ ਹੈਗੀ ਸੀ ਉਹ ਵੀ ਕਾਲੀ ਮੱਖੀ ਸੀ ਹੈਗੀ। ਮੈਂ ਕਮਾਲ ਦਾ ਤਾਂ ਮੇਰੀ ਤੁਸ ਘੜੀ ਘੜੀ ਐਂਜੇ ਨਹੀਂ ਕਰਦੇ। ਆਹੋ ਕਾਲੀ ਮੱਖੀ ਦੇ ਸੀ ਹੈਗੀ ਤੇ ਮੈਂ ਕਿਹਾ ਪਰੇ ਰਵੇ ਦੂਰ ਮੇਰੇ ਤੋਂ ਆਪਣੇ ਪਤਾ ਆ ਕੇ ਮੂੰਹ ਤਾਂ ਵੱਜਣ ਨਹੀਂ ਸੀ ਘੜੀ ਘੜੀ ਮੈਂ ਆ ਗਿਆ ਬੇਗਮ ਕੋਲ ਬੈਠੀ ਆ ਤੂੰ ਚੁੰਮੀਆਂ ਲਈ ਜਾ ਰਹੀ ਆ ਮੁੜ ਕੇ ਆਇਆ ਤੇ ਮੈਨੂੰ ਆਪਣੇ ਨਾਰਾਜ਼ ਹੋ ਜਾਣਾ। ਆਹੋ ਮੈਂ ਵੇਖ ਲਿਆ ਉਹਨੂੰ ਤੇ ਇੱਕ ਤੁਹਾਡੀਆਂ ਚੁੰਮੀਆਂ ਲੈਂਦੀ ਪਈ ਨੇ। ਆਹ ਵੇਖੋ ਮੇਰੀ ਵੈਲਿਓ ਕਿੰਨੀ ਹੈ ਔਰ ਮੱਖੀ ਸਿਰ ਚੁੰਮੀਆਂ ਲੈਂਦੀਆਂ ਹੀ ਆ ਬਸ ਹੋਰ ਕੋਈ ਨਹੀਂ ਪੁੱਛਦਾ ਕੋਈ ਵੀ। ਅੱਛਾ ਰਾਦਰੀ ਨੇ ਦੇਖੋ ਆ ਪਾਣੀ ਹੈ ਅਬੇ ਯਾਦ ਹੈ ਗਏ ਇਹ ਆਲੂ ਨੇ ਉਹ ਐਗ ਨੇ ਹੈਗੇ ਤੇ ਸਰਦੀਆਂ 'ਚ ਹੈਗੀਆਂ ਤੇ ਇਹਦੇ ਵਿੱਚ ਬੱਚਿਆਂ ਨੂੰ ਇਸਤੇਮਾਲ ਕਰਵਾਈ ਦੇ ਨੇ ਲਾਜ਼ਮੀ ਐਗ ਜਿਹੜੇ ਨੇ ਇਹਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹੈਗੀਆਂ ਨੇ ਤੇ ਫਲਾਦ ਵੀ ਇਹਦੇ ਨਾਲੇ ਬੱਚੇ ਜਿਹੜੇ ਨੇ ਨਾ ਤੇ ਖਾਂਦੇ ਨੇ ਤੇ ਇਹਦੇ ਨਾਲ ਇਹਨਾਂ ਨੂੰ ਸਰਦੀ ਨਹੀਂ ਮਹਿਸੂਸ ਹੁੰਦੀ ਹੈਗੀ ਤੇ ਇਹਨਾਂ ਦੇ ਜਿਹੜਾ ਨਸ਼ਨੁਮਾ ਵਾਸਤੇ ਬਹੁਤ ਜ਼ਰੂਰੀ ਹੈਗਾ ਬੱਚਿਆਂ ਦੇ ਜੀ।
क्योंकि फुलाद की कमी हो जाती है, आयरन की कमी होती है, तो फिर वो अपने बच्चों के जोड़े ने ना नाहन जोड़े ने मुतासर हो जाते हैं, दंद मुतासर हो जाते हैं, डिगे हो जाते हैं, अपने ड्यूटी ला गया चेक करी दा। हां भाई बड़ी तेज ठोक ठोक करन डया, ओनू लगदा गर्मी दा असर हो गया अपने। अपने बड़ी मेहनत कमाने पे छोटा जा जनाब शरीफ फोरमैन बैठा हो, अपने बहुत खामोश है, चुप करके देख रहा है। अबा जी की कारवाई पाई जा रहे है, अबा जी कोई कारवाई नहीं पाते है। बस तफसीली अपने इंटरव्यू उन्होंने दिता है कि बेगम साहब निकले अपने सैर सपाटे से। शहर अपने सही तरह अपने उर्दू बोलिया करो, नाजी ने चीज पसंद करते हैं उर्दू जबान अपने। अच्छा जी, अपने नाजी ने वीडियो बनाई है अपने बेगम साहब जी ने उर्दू लैके आए ने चीजा, मेरा ध्यान पै गया तो मैं उन्होंने ना देख लिया, मैं उत्ते छत खड़ा सी गली च मैं दूरू देख लिया, तो मैं नाल ही अपने जरा ना कैमरामैन आख्या कैमरामैन एक्टिव हो जाए जल्दी ना, कैमरामैन एक्टिव होया तो उन्हें फरी तौर पर अपने जरा ना लैके तो अपने पहले ही अपने सेहन के खिलो गया अपने, तो दरवाजा खड़किया नाल ही अपने जनाब अंदर आन की देर ते नाल ही वीडियो अपने बननी शुरू हो गई सी, ते धन्नवाद दी वीडियो जिहड़ी बनाई असी जिहड़ी ना बेगम साहब ने सानू सरप्राइज देना सी, असी उन्हां नू उल्टा सरप्राइज देने दा वीडियो बना दित्ती, असी कहा सी असी ते कहा कि वी अपने बेगम साहब आए ने ते चलो वीडियो बना के जिहड़ा ना पास करिए हैगे, इहनां ने वीडियो नहीं बनानी है, काबू नहीं आंदे हैगे। ते वेखो मैं ते तुहानू इह फुल देण वास्ते आई सी। कैसी लगी है पसंद आई लाइक करना है, शेयर करना है, सबसक्राइब करना, प्यारे प्यारे कमेंट करने है, खास करके देखो आबे हजार दी दो बोतल मेरिया आ चुकी है। ठीक है, तो यह बच्चे आलू बड़े शौक न खाते हैं, नाल एग जड़े ने इस्तेमाल करते हैं सर्दियों खास करके चाहिए है कि सर्दी तो बचने वास्ते, तो ये नाल ही असं शाजिया सरदार ने अपने जरा चैनल जरा शाजिया सरदार के चैनल तो ज्यादा चाहते हैं, तो बेगम साहबा भी नाल अच्छी थोड़ी स्पीड फड़ ली, अब मैनू नहीं बोलन देंगे अगर पिछले आप नहीं बोलते है, तो असं दोवे जड़े ना तो अपने चैनल पर ज्यादा चाहते हैं। अल्लाह हाफिज़। अल्लाह हाफिज़।